ਬਿਸਮਿਲਲਾ ਰਹਿਮਾਨ ਰਹੀਮ। ਅਸਲਾਮ ਅਲੈਕੁਮ। ਅੱਜ ਮੈਂ ਬਣਾ ਲਵਾਂ ਕਲੇਜੀਆਂ, ਚਿਕਨ ਕਲੇਜੀ। ਬਿਸਮਿਲਲਾ ਰਹਿਮਾਨ ਰਹੀਮ। ਨਾਸ਼ਤਾ ਕਰਨ ਲਗਾ। ਅੱਜ ਛੁੱਟੀ ਹੈ ਤੇ ਮੈਂ ਏਸ਼ੀਅਨ ਸਟੋਰ ਤੇ ਗਿਆ ਹਾਂ ਅਤੇ ਘਰ ਦੇ ਆਪਣਾ ਦੇਸੀ ਜਿਹੜੇ ਨੇ ਨਾ ਸੱਦੇ ਆਪਣੇ ਬੇਸਣ, ਦਾਲਾਂ, ਗਰਮ ਮਸਾਲੇ ਅਤੇ ਸਬਜ਼ੀਆਂ ਮੁੱਕੀਆਂ ਹਨ ਉਹ ਲੈ ਕੇ ਆਇਆ। ਅੱਜ ਦਿਨ ਲੰਘ ਗਿਆ ਸਾਰਾ, ਜਿਹੜਾ ਨਾ ਚੀਜ਼ਾਂ ਪੂਜੀਆਂ ਕਰਦੇ ਹਾਂ। ਇੱਧਰ ਮੈਂ ਬੰਨਣ ਡਿਆ ਕਲੇਜੀਆਂ। ਮੈਂ ਭੁੰਨ ਲਿਆ ਕਲੇਜੀ ਜਿਹੜੀ ਹੈ ਨਾ, ਚਿਕਨ ਦੀ ਬਣਾਈ ਹੈ ਤਾਂ ਟਾਈਮ ਕੋਈ ਨਹੀਂ ਸੀ ਹੋਇਆ ਨਾ, ਅਤੇ ਕਲੇਜੀਆਂ ਬਣ ਜਾਂਦੀਆਂ ਨੇ ਜਲਦੀ ਜਲਦੀ। ਗਿਆ ਹਨ ਤਾਂ ਉੱਥੇ ਟਾਈਮ ਲੱਗ ਗਿਆ ਅਤੇ ਫਿਰ ਰੈਸਪੀ ਜਿਹੜੀ ਅੱਜ ਨਹੀਂ ਤੁਹਾਡੇ ਨਾਲ ਬਣਾ ਕੇ ਸ਼ੇਅਰ ਕੀਤੀ। ਉਂਝ ਹੀ ਮੈਂ ਅੱਜ ਨਾ ਮੈਂ ਚਲੋ ਕਲੇਜੀਆਂ ਜਿਹੜੀਆਂ ਨੇ ਬਣ ਲਈਆਂ। ਤਾਜ਼ੀਆਂ ਪਾਕਿਸਤਾਨੀ ਭਿੰਡੀਆਂ ਨੇ ਅਤੇ ਗਿਆ ਹਾਂ ਮੈਂ ਲੈਣ ਦੀਆਂ ਨੇ। ਮੈਂ ਚਲੋ ਚਿਕਨ ਲਿਆਂਦਾ ਸੀ 10 ਕਿਲੋ ਨਾ, ਉਹਦੇ ਪੈਕਟ ਬਣਾ ਕੇ ਰੱਖ ਲਏ ਨੇ। ਇਹਨੂੰ ਕੱਟਿਆ ਨਹੀਂ ਮੈਂ, ਹੈ ਨਾ ਕੁਛ ਨੂੰ, ਮੈਂ ਉਂਝ ਪੈਕਟ ਬਣਾ ਕੇ ਰੱਖ ਲਏ ਨੇ। ਲੰਗਰਾਂ ਕਿਉਂਕਿ ਜਲਦੀ ਬਣ ਜਾਂਦੀਆਂ ਨੇ ਅਤੇ ਟਾਈਮ ਥੋੜ੍ਹਾ ਸੀ, ਮੈਂ ਕਿਤੇ ਗਿਆ ਹਾਂ ਬਾਜ਼ਾਰ 'ਚ ਨਾ, ਅਤੇ ਫਿਰ ਮੈਂ ਚਲੋ ਅੱਜ ਕਲੇਜੀਆਂ ਬਣਦੇ ਹਾਂ। ਕਲੇਜੀ ਸਾਡੀ ਜਿਹੜੀ ਵੇਖੋ ਬੜੀ ਬਿਹਤਰੀਨ, ਅਤੇ ਵੇਖੋ ਸਾਰਾ ਆਇਲ ਜਿਹੜਾ ਨਾ ਉੱਤੇ ਆ ਗਿਆ। ਇੰਝ ਦੀ ਬੱਜੀ ਹੈ, ਵੇਖੋ ਮਸਾਲਾ, ਵੇਖੋ ਐਡਾ ਕੋਈ ਟੇਸਟੀ ਮਸਾਲਾ ਤਿਆਰ ਹੋਇਆ। ਆਟਾ ਵੀ ਪਿੱਟਣ ਡਿਆ ਮਸ਼ੀਨ ਦੇ ਵਿੱਚ, ਅਤੇ ਤਿਆਰੀ ਹੋ ਰਹੀ ਹੈ ਆਪਣਾ ਨਾ ਪੂਰੀ ਜਿਹੜੀ ਹੈ ਨਾ ਖਾਣੇ ਦੀ। ਕਲੇਜੀਆਂ ਸਾਡੀਆਂ ਤਿਆਰ ਹੋ ਗਈਆਂ ਨੇ ਅਤੇ ਬੜੀਆਂ ਹੀ ਬਿਹਤਰੀਨ ਅਤੇ ਬੜੀਆਂ ਹੀ ਟੇਸਟੀ ਬਣੀਆਂ ਨੇ। ਚੈੱਕ ਮੈਂ ਕੀਤੀਆਂ ਨੇ ਅਤੇ ਰੋਟੀ ਬਣਦੀ ਹੈ ਭਾਈ, ਅਤੇ ਫਿਰ ਰੋਟੀ ਦੇ ਨਾਲ ਖਾ ਕੇ ਅਤੇ ਫਿਰ ਵੀ ਟੇਸਟ ਕਰਨੇ ਆ, ਪਰ ਰੰਗ ਦੱਸਦਾ ਪਿਆ ਜਿਹੜਾ ਨਾ, ਕਲੇਜੀਆਂ ਜਿਹੜੀਆਂ ਨੇ ਬੜੀਆਂ ਬੱਜੀਆਂ ਨੇ।